ਲੱਲਾ ਲੱਲਾ ਜਿਹੜਾ ਵਿਜੇ ਸਿੱਧੂ, ਉਹ ਵਿਜੇ ਸਿੱਧੂ ਜਿਹਦੇ 'ਤੇ ਆਲਰੇਡੀ ਪਹਿਲਾਂ ਕਈ ਮੁਕੱਦਮੇ ਦਰਜ ਨੇ, ਉਹਦੀ ਵਾਈਫ ਦੇ ਦੱਸ ਅਨੁਸਾਰ ਵੀ ਉਹ ਕਿਸੇ ਕੋਈ ਲੈਣ ਦੇਣ ਦੇ ਸੰਬੰਧ 'ਚ ਉੱਥੇ ਗਿਆ ਸੀਗਾ ਪਟਾਕਾ ਮਾਰਕੀਟ ਵਿਸ਼ਾਲਪੁਰ, ਉੱਥੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਦੱਸ ਰਹੇ ਨੇ ਵੀ ਤੂੰ ਤੂੰ ਮੈਂ ਹੋ ਗਈ, ਉਸ ਤੋਂ ਬਾਅਦ ਹੱਥੋਂ ਪਾਈ ਹੋਈ ਆ। ਇਹਦੀ ਵਾਈਫ ਇਹ ਕਹਿ ਰਹੀ ਆ ਵੀ ਉਹਨਾਂ ਨੇ ਇਹਦੇ 'ਤੇ ਅਟੈਕ ਕੀਤਾ, ਇਹਨੂੰ ਚਾਕੂ ਚੁੱਕੂ ਮਾਰੇ ਅਤੇ ਜਿਹਦੇ ਨਾਲ ਇਹਦੀ ਡੈਥ ਹੋ ਗਈ। ਅਸੀਂ ਕੇਸ ਰਜਿਸਟਰ ਕਰਤਾ, ਪੋਸਟਮਾਰਟਮ ਜਿਹੜਾ ਉਹ ਬੋਰਡ ਤੋਂ ਹੋ ਰਿਹਾ, ਬੋਰਡ ਕਰ ਰਿਹਾ ਇਹਦਾ ਪੋਸਟਮਾਰਟਮ, ਅਤੇ ਬਾਕੀ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ ਅਸੀਂ। ਦੂਸਰੀ ਪਾਰਟੀ ਵੱਲੋਂ ਵੀ ਕੁਛ ਰਿਟਨ 'ਚ ਆਇਆ, ਉਹ ਉਹਨਾਂ ਨੇ ਆਪਣੇ ਵਰਸ਼ਨ ਦੱਸਿਆ ਵੀ ਕਿਸ ਤਰ੍ਹਾਂ ਸਾਡੇ ਕੋਲ ਆ ਕੇ ਕੋਈ ਪੈਸਿਆਂ ਦੀ ਡਿਮਾਂਡ ਵਗੈਰਾ ਕਰਦਾ ਸੀ। ਸੋ ਉਹ ਚੀਜ਼ ਵੀ ਅਸੀਂ ਅਕੋਰਡਿੰਗਲੀ ਵੈਰੀਫਾਈ ਕਰਕੇ ਉਹਦਾ ਜੋ ਵੀ ਕਾਨੂੰਨੀ ਤੌਰ 'ਤੇ ਬਣਦਾ ਹੋਊਗਾ ਉਸ ਤਰ੍ਹਾਂ ਕਰਦਾ। ਹਾਂ, ਕਾਫੀ ਮਲਟੀਪਲ ਹੈ, ਕੋਈ ਉਹ ਦੱਸਦੇ ਉਹਨਾਂ ਕੋਲ, ਕਿਉਂਕਿ ਪਟਾਕੇ ਦਾ ਕੰਮ ਸਟਾਰਟ ਕੀਤਾ ਸੀ ਉਹਨਾਂ ਨੇ ਦੁਕਾਨ 'ਤੇ, ਉਹ ਕਟਰ ਹੁੰਦਾ ਜਿਹੜਾ ਬਾਕਸ ਵਗੈਰਾ ਖੋਲ੍ਹਣ ਦੇ ਕੰਮ ਆਉਂਦਾ, ਉਹਦੇ ਨਾਲ ਵੀ ਸ਼ਾਇਦ ਲੜਾਈ ਵੇਲੇ ਉਹ ਯੂਜ਼ ਕੀਤੇ ਗਏ ਨੇ। ਬਾਕੀ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ। ਦੇਖੋ, ਇਹਨਾਂ ਦੀ ਵਾਈਫ ਜਿਨ੍ਹਾਂ ਨੇ ਬਿਆਨ ਦਿੱਤਾ, ਉਹਨਾਂ ਦੇ ਦੱਸਣ ਅਨੁਸਾਰ, ਛੋਟੇ ਲੱਲੇ ਦੀ ਵਾਈਫ ਦੇ ਦੱਸਣ ਅਨੁਸਾਰ, ਇੱਕ ਵਿਸ਼ਾਲ, ਇੱਕ ਉਹਦਾ ਬ੍ਰਦਰ ਸਾਗਰ, ਇੱਕ ਉਹਦੀ ਮਦਰ ਅਤੇ 8-10 ਜਾਣੇ ਉੱਥੇ ਸਰਾਊਂਡਿੰਗ ਕਹਿੰਦੇ ਨੌਕਰ ਵਗੈਰਾ ਸੀਗੇ ਦੁਕਾਨ 'ਤੇ ਰੱਖੇ, ਉਹਨਾਂ ਨੇ ਅਟੈਕ ਕੀਤਾ। ਮੌਕੇ 'ਤੇ ਸੀਗੀ ਉਹਦੀ ਵਾਈਫ? ਜੇ ਉਹ ਮੌਕੇ 'ਤੇ ਸੀਗੀ ਤਾਂ ਹੀ ਲਿਖਾ ਰਹੀ ਆਪਣੇ ਆਪ ਨੂੰ।